ਉਹ ਰਹਿ ਜਾ ਅੱਗੇ ਇੱਧਰ ਆ ਜਾ ਇੱਕ ਮਿੰਟ ਜੀ ਬੋਲੇ ਸੋ ਨਿਹਾਲ ਸੇਮ ਜੀ ਸਾਡੇ ਲੀਗਲ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨੇ ਜਿਹਨਾਂ ਨੂੰ ਹੁਣ ਸਨਮਾਨਿਤ ਕੀਤਾ ਗਿਆ। ਹੁਣ ਮੈਂ ਅੱਗੇ ਨਾਮ ਬੋਲੀ ਜਾਵਾਂਗਾ। ਸਾਡੀ ਬੇਟੀ ਪੂਜਾ ਲੁਥਰਾ ਜੀ ਸਚਦੇਵਾ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਸਾਹਿਬ ਨਰੇਸ਼ ਘਬਾਇਆ ਜੀ ਜ਼ਿਲ੍ਹਾ ਮੀਡੀਆ ਸੋਸ਼ਲ ਸੰਚਾਰਜ ਸਵਰਨ ਸਿੰਘ ਜ਼ਿਲ੍ਹਾ ਵਾਈਸ ਪ੍ਰੈਜ਼ੀਡੈਂਟ ਸਾਡੀ ਬੇਟੀ ਮਮਤਾ ਜੀ ਮੇਰੀ ਜ਼ਿਲ੍ਹਾ ਸਕੱਤਰ ਨੇ ਪੇਸ਼ੇ ਦੇ ਵਕੀਲ ਨੇ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਰਾਜ ਮੁਗਲ ਸ਼ਾਹ ਇਹ ਸਾਡੇ ਮਨਜੀਤ ਮਸੀਹ ਜੀ ਸਾਰੇ ਫੋਟੋ ਖਿੱਚ ਰਹੇ ਧੰਨਵਾਦ ਮਨੋਰਟੀ ਰਿੰਗ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਸ੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਡਾਕਟਰ ਹਰਜੀਤ ਸ਼ਹਿਰੀ ਜੀ ਐਸ ਏ ਵਿੰਗ ਦੇ ਜੋ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਨੇ ਸਾਨੂੰ ਇੱਥੇ ਸਨਮਾਨਿਤ ਕਰਨ ਵਾਸਤੇ ਮੰਤਰਿਤ ਕੀਤਾ ਸੀਗਾ ਜਿਹਦੇ ਵਿੱਚ ਸਾਰੇ ਅਹੁਦੇਦਾਰ ਜੋ ਪਾਰਟੀ ਵੱਲੋਂ ਨਵੇਂ ਨਿਯੁਕਤ ਕੀਤੇ ਗਏ ਨੇ ਅਤੇ ਉਹਨਾਂ ਨੂੰ ਸਾਰੇ ਅਸੀਂ ਇਕੱਠੇ ਹੋ ਕੇ ਸਾਨੂੰ ਅੱਜ ਸਨਮਾਨਿਤ ਕੀਤਾ ਗਿਆ। ਮੈਂ ਸਭ ਤੋਂ ਪਹਿਲਾਂ ਪਾਰਟੀ ਹਾਈਕਮਾਨ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਕੇਜਰੀਵਾਲ ਸੰਦੀਪ ਪਾਠਕ ਜੀ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਫਿਰ ਅੱਜ ਜੀ ਸਾਨੂੰ ਸਨਮਾਨਿਤ ਕੀਤਾ ਗਿਆ ਅੱਜ ਡਾਕਟਰ ਹਰਜੀਤ ਸ਼ਹਿਰੀ ਜੀ ਨੇ ਸੁਖਰਾਜ ਗੋਰਾ ਜੀ ਹੋਰ ਵੀ ਸਾਡੇ ਜ਼ਿਲ੍ਹੇ ਦੇ ਜੋ ਵੀ ਸੈਕਟਰੀ ਨੇ ਜ਼ਿਲ੍ਹਾ ਪ੍ਰਧਾਨ ਨੇ ਵੁਮੈਨ ਵਿੰਗ ਦੇ ਪੂਜਾ ਲੁਥਰਾ ਜੀ ਨੇ ਐਡਵੋਕੇਟ ਮਮਤਾ ਜੀ ਨੇ ਇਹ ਸਾਰੇ ਇੱਥੇ ਪਹੁੰਚੇ ਨੇ। ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ। ਧੰਨਵਾਦ ਜੀ। ਕਿੱਦਾਂ ਜ਼ਿੰਮੇਵਾਰੀ ਦੇਖਦੇ ਤੁਸੀਂ ਲੀਗਲ ਵਿੰਗ ਜ਼ਿਲ੍ਹਾ ਪ੍ਰਧਾਨ ਬਣੇ ਕਿਸ ਤਰ੍ਹਾਂ ਦੇਖਦੇ? ਦੇਖੋ ਪਾਰਟੀ ਜੋ ਨੀਤੀਆਂ ਸੀ ਪਾਰਟੀ ਦੀ ਨੀਤੀਆਂ ਨੂੰ ਵੇਖ ਕੇ ਪਹਿਲਾਂ ਤਾਂ ਪਾਰਟੀ ਮੈਂ ਜੁਆਇਨ ਕੀਤੀ ਸੀਗੀ। ਉਸ ਤੋਂ ਬਾਅਦ ਪਾਰਟੀ ਦੇ ਵਿੱਚ ਰਹਿ ਕੇ ਕਾਫੀ ਮਿਹਨਤ ਕੀਤੀ ਹੈ ਲੋਕਾਂ ਦੇ ਸਮੱਸਿਆਵਾਂ ਦਾ ਜੋ ਹੱਲ ਕਰਾਏ ਨੇ। ਸਰਕਾਰ ਬਣਨ ਨੂੰ ਅੱਜ 2 ਸਾਲ ਹੋ ਗਏ। ਜੋ ਵੀ ਕੰਮ ਲੋਕ ਲੈ ਕੇ ਆਉਂਦੇ ਨੇ ਬਿਲਕੁਲ ਨਿਸਵਾਰਥ ਤਨਦੇਹੀ ਨਾਲ ਪੂਰਾ ਨਿਭਾਈਦਾ ਉਹਨੂੰ। ਅੱਜ ਪਾਰਟੀ ਨੇ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜ਼ਿਲ੍ਹਾ ਪ੍ਰਧਾਨ ਦੀ। ਮੈਂ ਪਾਰਟੀ ਨੂੰ ਇਹ ਵਿਸ਼ਵਾਸ ਦਵਾਉਣਾ ਕਿ ਇਹਨੂੰ ਬੜੀ ਵਧੀਆ ਤਰੀਕੇ ਨਾਲ ਮੈਂ ਨਿਭਾਵਾਂਗਾ। ਜੀ ਸਰ, ਕੀ ਕਹੋਗੇ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਗਿਆ?
ਸਭ ਤੋਂ ਪਹਿਲਾਂ ਜੀ ਸਾਡੇ ਸਭ ਤੋਂ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਹਰਜੀਤ ਸਿੰਘ ਸ਼ਾਹਰੀ ਸਾਹਿਬ, ਉਹਨਾਂ ਨੇ ਜਿੰਨੀ ਵੀ ਪਾਰਟੀ ਨੇ ਟੀਮ ਅਨਾਊਂਸ ਕੀਤੀ ਹੈ ਫਾਜ਼ਿਲਕਾ ਜ਼ਿਲ੍ਹੇ ਦੀ, ਉਹਨਾਂ ਨੂੰ ਉਚੇਚੇ ਤੌਰ 'ਤੇ ਆਪਣੇ ਆਫਿਸ ਦੇ ਵਿੱਚ ਬੁਲਾ ਕੇ ਉਹਨਾਂ ਦਾ ਮਾਣ ਸਨਮਾਨ ਕੀਤਾ। ਅਤੇ ਮੈਂ ਵੀ ਫਿਰੋਜ਼ਪੁਰ ਤੋਂ ਆਇਆ ਜੀ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ, ਅਤੇ ਮੈਂ ਆਪਦੇ ਆਪ ਨੂੰ ਬਹੁਤ ਭਾਗਾਣਾ ਸਮਝਦਾ ਕਿ ਮੈਂ ਸੰਗਤ ਦੇ ਦਰਸ਼ਨ ਕੀਤੇ ਆ, ਅਤੇ ਜਿੰਨੇ ਵੀ ਸਾਡੇ ਪਾਰਟੀ ਦੇ ਸਮੁੱਚੇ ਅਹੁਦੇਦਾਰ ਚੁਣੇ ਗਏ ਆ ਸਾਡੇ ਵੱਲੋਂ ਉਹਨਾਂ ਨੂੰ ਬਹੁਤ ਮੁਬਾਰਕਾਂ। ਅਤੇ ਅਸੀਂ ਆਸ ਕਰਦੇ ਹਾਂ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਸੋਚ 'ਤੇ ਡੱਟ ਕੇ ਪਹਿਰਾ ਦੇਣ ਜੀ। ਕੀ ਨੀਤੀ ਰਹਿਣਗੀਆਂ ਜੀ ਹੋਰ ਅੱਗੇ ਇਲੈਕਸ਼ਨ ਨਜ਼ਦੀਕੇ ਕਿਸ ਤਰ੍ਹਾਂ ਜਿਹੜੀ ਨੀਤੀਆਂ ਜੀ? ਦੇਖੋ ਸਾਡੀ ਸਰਕਾਰ ਦੁਆਰਾ ਸਭ ਤੋਂ ਵੱਡਾ ਜਿਹੜਾ ਪ੍ਰੋਗਰਾਮ ਹੈ ਸਰਕਾਰ ਤੁਹਾਡੇ ਦੁਆਰ, ਜਿਹੜੇ ਵਿਚਾਰੇ ਮਾਤੜ ਲੋਕ ਹੈ ਉਹਨਾਂ ਦੀ ਖੱਜਲ ਖੁਆਰੀ ਹੁੰਦੀ ਸੀ ਦਫ਼ਤਰਾਂ ਦੇ ਵਿੱਚ, ਅਤੇ ਸਰਕਾਰ ਨੇ ਕੀ ਕੀਤਾ, ਹਰ ਪਿੰਡ ਦੇ ਵਿੱਚ ਸਰਕਾਰ ਦੇ BDO ਸਾਹਿਬ, ਤਹਿਸੀਲਦਾਰ ਸਾਹਿਬ, SDM ਸਾਹਿਬ ਆ ਕੇ ਬੈਠਣਗੇ, ਅਤੇ ਮੌਕੇ 'ਤੇ ਲੋਕਾਂ ਦੀਆਂ ਜਿਹੜੀਆਂ ਮੁਸ਼ਕਲਾਂ ਉਹਨਾਂ ਦਾ ਹੱਲ ਹੋਊਗਾ। ਇਹੀ ਸਾਡਾ ਪ੍ਰੋਗਰਾਮ ਹੈ ਜਿਹੜਾ ਪੂਰੇ ਪੰਜਾਬ ਭਰ 'ਚ 2 ਮਹੀਨੇ ਚੱਲੂਗਾ। ਕੋਈ ਵੀ ਇਹੋ ਜਿਹਾ ਇਨਸਾਨ ਨਹੀਂ ਰਹੂਗਾ ਜਿਹਦੀ ਕੋਈ ਮੁਸ਼ਕਲ ਹੋਵੇ, ਸਾਰੀਆਂ ਹੱਲ ਕਰਕੇ ਦੇਵਾਂਗੇ ਸਰ ਜੀ। ਅੰਕਲ ਕੀ ਕਹੋਗੇ ਜਿਹੜਾ ਪ੍ਰੋਗਰਾਮ ਰੱਖਿਆ ਗਿਆ? ਪਿਛਲੇ ਦਿਨਾਂ ਵਿੱਚ ਸਾਡੇ ਫਾਜ਼ਿਲਕਾ, ਜ਼ਿਲ੍ਹਾ ਫਾਜ਼ਿਲਕਾ ਦੇ ਕਰੀਬ ਪਾਰਟੀ ਹਾਈ ਕਮਾਂਡ ਵੱਲੋਂ 12 ਜਿਹੜੇ ਸਾਡੇ ਪਾਰਟੀ ਦੇ ਸੀਨੀਅਰ ਆਗੂ ਨੇ ਜਿਨ੍ਹਾਂ ਨੇ ਮਿਹਨਤ ਕਰੀ ਹੈ ਉਹਨਾਂ ਨੂੰ ਅਹੁਦੇ ਦੇ ਕੇ ਨਿਵਾਜਿਆ ਹੈ। ਅਤੇ ਮੈਂ ਥੋੜ੍ਹਾ ਜਿਹਾ ਲੇਟ ਹੋ ਗਿਆ ਕਿਉਂਕਿ ਮੈਂ 2-4 ਦਿਨ ਮੈਨੂੰ ਕਿਤੇ ਬਾਹਰ ਜਾਣਾ ਪੈ ਗਿਆ ਚੰਡੀਗੜ੍ਹ, ਅਤੇ ਉਸ ਵਜ੍ਹਾ ਕਰਕੇ ਫਿਰ ਮੈਂ ਲੇਟ ਹੋਣ ਕਰਕੇ ਅੱਜ ਮੈਂ ਅਰਜੈਂਟ ਜਿਹੜਾ ਨਾ ਸਾਰੇ ਜਿੰਨੇ ਸਾਡੇ ਆਗੂ ਜਿਨ੍ਹਾਂ ਨੂੰ ਪਾਰਟੀ ਵੱਲੋਂ ਜਿਹੜਾ ਨਿਯੁਕਤੀਆਂ ਕੀਤੀਆਂ ਗਈਆਂ ਨੂੰ, ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੂੰ, ਉਹਨਾਂ ਨੂੰ ਬੁਲਾ ਕੇ ਅਤੇ ਮੈਂ ਆਪਣੇ ਵੱਲੋਂ ਜਿਹੜਾ ਆਪਣੇ ਦਫ਼ਤਰ ਦੇ ਵਿੱਚ ਉਹਨਾਂ ਦਾ ਜਿਹੜਾ ਮਾਣ ਸਨਮਾਨ ਕੀਤਾ, ਇਸ ਵਾਸਤੇ ਮੈਂ ਜਿਹੜੇ ਸਾਡੇ ਸਾਥੀ ਨੇ ਜੇ ਇਹਨਾਂ ਨੂੰ ਇਸ ਗੱਲ ਦੀ ਬਹੁਤ ਬਹੁਤ ਵਧਾਈ ਦੇਣਾ ਕਿਉਂਕਿ ਪਾਰਟੀ ਨੇ ਤੁਹਾਡੇ 'ਤੇ ਵਿਸ਼ਵਾਸ ਕੀਤਾ ਹੈ, ਔਰ ਆਉਣ ਵਾਲੇ ਜਿਹੜਾ ਇਲੈਕਸ਼ਨ ਹੈ 2024 ਦੇ ਇਹਦੇ ਵਿੱਚ ਤੁਹਾਡੇ 'ਤੇ ਜ਼ਿੰਮੇਵਾਰੀ ਉਹਨਾਂ ਥੋਪੀ ਹੈ ਅਤੇ ਤੁਸੀਂ ਰਾਹ ਦਿਨ ਕਰਕੇ ਆਪਣੀ ਮਿਹਨਤ ਕਰਕੇ ਅਤੇ ਪਾਰਟੀ ਨੂੰ ਬੁਲੰਦੀਆਂ ਵੱਲ ਲੈ ਜਾਓਗੇ, ਔਰ ਜਿਹੜਾ ਸਾਡੇ ਪਾਰਟੀ ਵੱਲੋਂ MP ਦਾ ਇਲੈਕਸ਼ਨ ਲੜੇਗਾ ਉਹਨੂੰ ਬੜੇ ਤਕੜੇ ਮਾਰਜਨ ਨਾਲ ਜਿਤਾ ਕੇ ਅਤੇ ਉਹਨੂੰ ਲੋਕ ਸਭਾ ਵਿੱਚ ਜਿਹੜਾ ਭੇਜੋਗੇ ਜੀ। ਮੈਮ ਕੀ ਕਹੋਗੇ, ਬਹੁਤ ਵੱਡੀ ਜ਼ਿੰਮੇਵਾਰੀ ਤੁਹਾਨੂੰ ਮਿਲੀ ਹੈ ਅੱਜ, ਤੁਸੀਂ ਤਾਂ ਘੱਟ ਕੀਤਾ, ਕੀ ਕਹਿਣਾ ਚਾਹੋਗੇ ਇਸ ਬਾਰੇ? ਸਭ ਤੋਂ ਪਹਿਲੇ ਤਾਂ ਮੈਂ ਜਿੰਨੇ ਵੀ ਅਹੁਦੇਦਾਰ ਨੇ ਜਿਨ੍ਹਾਂ ਨੂੰ ਵੱਖ ਵੱਖ ਵਿੰਗਾਂ ਦੇ ਪ੍ਰਧਾਨ ਅਤੇ ਸੈਕਟਰੀ ਲਗਾਇਆ ਗਿਆ ਤਾਂ ਉਹਨਾਂ ਸਾਰੇ ਅਹੁਦੇਦਾਰਾਂ ਨੂੰ ਮੈਂ ਮੁਬਾਰਕਬਾਦ ਦਿੰਦੀ ਹਾਂ। ਅਤੇ ਅੱਜ ਡਾਕਟਰ ਹਰਜੀਤ ਸ਼ਾਇਰੀ ਜ਼ਿਲ੍ਹਾ ਪ੍ਰਧਾਨ SC ਵਿੰਗ ਵੱਲੋਂ ਜਿਹੜਾ ਹੈ ਅੱਜ ਵਿਸ਼ੇਸ਼ ਤੌਰ 'ਤੇ ਇੱਕ ਪ੍ਰੋਗਰਾਮ ਰੱਖਿਆ ਗਿਆ ਜਿਹਦੇ ਵਿੱਚ ਜਿੰਨੇ ਵੀ ਨਵ ਨਿਯੁਕਤ ਅਹੁਦੇਦਾਰ ਨੇ ਉਹਨਾਂ ਸਾਰਿਆਂ ਦਾ ਸਨਮਾਨ ਕੀਤਾ ਗਿਆ, ਤਾਂ ਮੈਂ ਡਾਕਟਰ ਹਰਜੀਤ ਸ਼ਾਇਰੀ ਦਾ ਧੰਨਵਾਦ ਕਰਦੀ ਹਾਂ। ਅਤੇ ਇੱਥੇ ਵਿਸ਼ੇਸ਼ ਤੌਰ 'ਤੇ ਜਿਹੜੇ ਸੁਖਰਾਜ ਗੋਰਾ ਜੀ ਪਹੁੰਚੇ ਨੇ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਸਾਨੂੰ ਇੰਨਾ ਮਾਣ ਬਖਸ਼ਿਆ। ਔਰ ਇਸ ਤੋਂ ਇਲਾਵਾ ਜਿਹੜੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਦੀ ਮੈਨੂੰ ਦਿੱਤੀ ਗਈ ਹੈ, ਤਾਂ ਪਹਿਲੇ ਵੀ ਆਪਣੀ ਡਿਊਟੀ ਜਿਹੜੀ ਬੜੀ ਤਨਦੇਹੀ ਨਾਲ ਨਿਭਾਈ ਹੈ ਅਤੇ ਅੱਗੋਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ ਜਾਏਗੀ। ਇਸ ਤੋਂ ਪਹਿਲੇ ਵੀ ਬਲੋਕ ਪ੍ਰਭਾਰੀ ਦੀ ਜਿਹੜੀ ਜ਼ਿੰਮੇਵਾਰੀ ਮੈਨੂੰ ਅਬੋਹਰ ਵਿੱਚ ਦਿੱਤੀ ਗਈ ਹੈ ਕਿ ਵੱਖ ਵੱਖ ਕੈਂਪਾਂ ਦਾ ਨਿਰੀਖਣ ਕਰਨ ਦੀ, ਤਾਂ ਉਹ ਵੀ ਜਿਹੜੀ ਡਿਊਟੀ ਹੈ ਮੇਰੇ ਵੱਲੋਂ ਬਖੂਬੀ ਨਿਭਾਈ ਜਾ ਰਹੀ ਹੈ। ਅਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਮਹਿਲਾ ਵਿੰਗ ਦੀ ਜਿਹੜੀ ਟੀਮ ਹੈ ਉਹਨੂੰ ਹੋਰ ਜ਼ਿਆਦਾ ਸਟਰੋਂਗ ਕੀਤਾ ਜਾਏਗਾ, ਵੱਖ ਵੱਖ ਹਲਕਿਆਂ ਦੇ ਵਿੱਚ ਜਿਹੜੀ ਟੀਮਾਂ ਬਣਾਈ ਜਾਣਗੀਆਂ ਤਾਂ ਕਿ ਜਿਹੜੀਆਂ ਔਰਤਾਂ ਨੇ ਉਹ ਅੱਗੇ ਵੱਧ ਚੜ੍ਹ ਕੇ ਜਿਹੜਾ ਇਹ ਕੰਮ ਕਰ ਸਕਣ। ਅੱਜ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਸੀ ਇਹ ਕਿਸ ਹੱਥ ਰੱਖਿਆ ਗਿਆ ਸੀ?
ਅੱਜ ਜਿੰਨੇ ਵੀ ਜ਼ਿਲ੍ਹਾ ਦੇ ਅਤੇ ਜਿਹੜੇ ਅਹੁਦੇਦਾਰ ਨਿਯੁਕਤ ਕੀਤੇ ਗਏ ਨੇ ਤਾਂ ਉਸ ਉਪਲਕਸ਼ ਦੇ ਵਿੱਚ ਡਾਕਟਰ ਹਰਜੀਤ ਸ਼ਾਇਰੀ ਵੱਲੋਂ ਜਿਹੜਾ ਅੱਜ ਐਸ ਸੀ ਵਿੰਗ ਜ਼ਿਲ੍ਹਾ ਪ੍ਰਧਾਨ ਉਹਨਾਂ ਵੱਲੋਂ ਇੱਕ ਸਨਮਾਨ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਤਾਂ ਉਸੇ ਉਪਲਕਸ਼ ਵਿੱਚ ਸਾਰੇ ਅਹੁਦੇਦਾਰ ਸਾਹਿਬਾਨ ਅੱਜ ਉਹਨਾਂ ਦੇ ਔਫਿਸ ਇਕੱਠੇ ਹੋਏ ਆ ਅਤੇ ਮੈਂ ਇੱਕ ਵਾਰ ਫਿਰ ਤੋਂ ਡਾਕਟਰ ਹਰਜੀਤ ਸ਼ਾਇਰੀ ਜੀ ਦਾ ਅਤੇ ਸੁਖਰਾਜ ਗੋਰਾ ਜੀ ਦਾ ਧੰਨਵਾਦ ਕਰਦੇ ਹਾਂ ਕਿ ਉੱਥੇ ਵਿਸ਼ੇਸ਼ ਤੌਰ 'ਤੇ ਪਹੁੰਚੇ ਨੇ।